ਬਿਆਨਤ ਬੜੀ ਆਖਰੀ ਜ਼ਿੰਦਗੀ ਕੀ ਘੜੀ ਹੋਤੀ ਹੈ ਬਿਆਨਤ ਬੜੀ ਆਖਰੀ ਜ਼ਿੰਦਗੀ ਕੀ ਘੜੀ ਆਪਣੇ ਸਤਿਗੁਰ ਦੇਵ ਮਹਾਰਾਜ ਜੀ ਕੇ ਚਰਨੋਂ ਮੇਂ ਜਾ ਸਮਾਏ। ਕਹਤੇ ਹੈ ਕਿ ਕੌਣ ਕਹਤਾ ਹੈ ਕਿ ਪ੍ਰੇਮੀ ਮਰ ਗਿਆ, ਕੈਦ ਸੇ ਛੂਟਾ ਵੋ ਆਪਣੇ ਘਰ ਗਿਆ। ਜੈਸੇ ਅਭੀ ਆਪਨੇ ਸ਼੍ਰਵਣ ਕੀਆ ਕਿ ਪ੍ਰੇਮੀ ਕਭੀ ਵੀ ਨਹੀਂ ਮਰਦੇ, ਵੋ ਤੋ ਪੰਚ ਭੌਤਿਕ ਚੋਲੇ ਕਾ ਤਿਆਗ ਕਰਕੇ ਆਪਣੇ ਸਤਿਗੁਰ ਦੇਵ ਮਹਾਰਾਜ ਜੀ ਕੇ ਚਰਨੋਂ ਮੇਂ ਜਾ ਸਮਾਤੀ ਹੈ। ਤੋ ਉਨ੍ਹੀਂ ਕੀ ਭਗਤੀ ਕੀ ਬਦੌਲਤ ਪਰਿਵਾਰ ਕੇ ਏਕ ਏਕ ਮੈਂਬਰ ਨੇ ਕਹਤੇ ਕਿ ਇਤਨੀ ਉਨਕੀ ਸੇਵਾ ਕੀ ਕਿ ਜੋ ਵਰਣਨ ਸੇ ਬਾਹਰ ਹੈ। ਇਹ ਭਗਤੀ ਕੀ ਬਦੌਲਤ, ਕਿਉਂਕਿ ਸੂਰਜ ਕੀ ਤਰ੍ਹਾਂ ਮੂੰਹ ਕਰੋ ਤੋ ਛਾਇਆ ਪੀਛੇ ਪਿੱਛੇ ਆਉਂਦੀ ਹੈ। ਉਹਨੇ ਸਤਿਗੁਰ ਦੇਵ ਰੂਪੀ ਸੂਰਜ ਕੀ ਤਰਫ ਆਪਣੇ ਜੀਵਨ ਕੀ ਹਰ ਏਕ ਪਲ ਕੋ ਹਰ ਏਕ ਸਮੇਂ ਕੋ ਆਪਣੇ ਮੁੱਖ ਕੋ ਆਪਣੇ ਇਸ਼ਟ ਦੇਵ ਕੀ ਤਰਫ ਰੱਖਾ। ਤੋ ਭਈਆ ਉਸ ਕੀ ਬਦੌਲਤ ਕਹਿੰਦੇ ਕਿ ਇਤਨੀ ਕੋਈ ਤਨ ਕੀ ਮਨ ਕੀ ਧਨ ਕੀ ਕਿਸੇ ਪ੍ਰਕਾਰ ਕੀ ਸੇਵਾ ਮੇਂ ਕਮੀ ਨਹੀਂ ਬੱਚੋ ਨੇ ਅੰਨੇ ਦੀ, ਪਰ ਏਕ ਸਵਾਸ ਹੈ ਤੋ ਹਮ ਔਰ ਤੋ ਕੁਛ ਨਹੀਂ ਕਰ ਸਕਤੇ। ਕਹਿੰਦੇ ਯਹੀ ਗੁਰੂ ਮਹਾਰਾਜ ਜੀ ਕੇ ਚਰਨ ਕਮਲੋਂ ਮੇਂ ਪ੍ਰਾਰਥਨਾ ਕਰਤੇ ਹੈ ਕਿ ਪ੍ਰਭੂ ਜੀ ਉਨਕੇ ਕਰਮ ਹੀ ਐਸੇ ਹੈ ਜੋ ਆਪਕੇ ਚਰਨੋਂ ਮੇਂ ਪਹੁੰਚ ਗਏ ਹੈ, ਪਰ ਉਹ ਆਪਣੇ ਚਰਨ ਕਮਲੋਂ ਕੀ ਸੁਖ ਦਾ ਛੱਤਰ ਛਾਇਆ। ਗਰਗ ਕੁਰਾਨ ਜੀ ਦੀ ਹਾਜ਼ਰੀ ਵਿੱਚ ਬੈਠੇ ਪੂਜਿਆ ਪੰਡਿਤ ਜੀ ਮਹਾਰਾਜ, ਇੱਥੇ ਬਜ਼ੁਰਗੋ ਦੋਸਤੋ ਮਾਤਰ ਸ਼ਕਤੀ, ਅੱਜ ਅਸੀਂ ਸਾਰੇ ਬੜੀ ਦੁੱਖ ਦੀ ਘੜੀ ਦੇ ਵਿੱਚ ਉਸ ਦਿਵੰਗਤ ਆਤਮਾ ਵਿਛੜੀ ਰੂਹ ਨੂੰ ਸ਼ਰਧਾ ਸੁਮਨ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਹਾਂ। ਇਹ ਠੀਕ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਮੌਤ ਇੱਕ ਅਟਲ ਸੱਚਾਈ ਹੈ। ਜੋ ਵੀ ਜੀਵ ਜੋ ਵੀ
ਇਸ ਸੰਸਾਰ ਤੇ ਆਇਆ ਹੈ ਉਸਨੇ ਇੱਕ ਦਿਨ ਜਾਣਾ ਹੀ ਹੈ। ਸ਼ਿਵਰਾਤਰੀ ਮਹੋਤਸਵ ਕਮੇਟੀ ਕੀ ਔਰ ਸੇ ਪ੍ਰਭੂ ਕੇ ਚਰਨੋਂ ਮੇਂ ਯੇ ਪ੍ਰਾਰਥਨਾ ਕਰਤਾ ਹੂੰ ਕਿ ਜੋ ਗੁਣ ਅਸ਼ੋਕ ਜੀ ਨੇ ਨੀਰਜ ਜੀ ਕੋ ਵਿੱਕੀ ਜੀ ਕੋ ਪਰਿਵਾਰ ਕੋ ਦੀਏ ਹੈ, ਹੇ ਪ੍ਰਭੂ ਹੇ ਪਰਮ ਪਿਤਾ ਪਰਮਾਤਮਾ, ਉਸ ਮਹਾਨ ਆਤਮਾ ਕੋ ਆਪਣੇ ਚਰਨੋਂ ਮੇਂ ਜਗ੍ਹਾ ਦੇਣਾ ਔਰ ਇਸ ਕਪੂਰ ਪਰਿਵਾਰ ਕੋ ਇਸੀ ਤਰ੍ਹਾਂ ਚੜ੍ਹਦੀ ਕਲਾ ਮੇਂ ਰੱਖਣਾ। ਮੈਂ ਫਿਰ ਇੱਕ ਵਾਰ ਆਪਣੀ ਸ਼ਰਧਾਂਜਲੀ ਦੇਤੇ ਹੋਏ ਪਰਮ ਪਿਤਾ ਪਰਮਾਤਮਾ ਕੋ ਅਰਦਾਸ ਕਰਤਾ ਹੂੰ ਕਿ ਇਸ ਮਹਾਨ ਆਤਮਾ ਕੋ ਆਪਣੇ ਚਰਨੋਂ ਮੇਂ ਜਗ੍ਹਾ ਦੇ ਔਰ ਇਹ ਸ਼ਰਧਾਂਜਲੀ ਵਪਾਰ ਮੰਡਲ ਸ਼ਿਵਰਾਤਰੀ ਮਹੋਤਸਵ ਕਮੇਟੀ ਕੀ ਔਰ ਸੇ ਅਸ਼ੋਕ ਕਪੂਰ ਜੀ। ਇੱਕ ਮਿੰਟ ਕੇ ਲਈ ਵਿਜੇ ਦਾਨਵ ਜੀ, ਫਿਰ ਹਮਾਰੇ ਪ੍ਰਿਯ ਬੱਗਾ ਜੀ ਪਰਿਵਾਰ ਕੀ ਔਰ ਸੇ। ਨੀਰਜ ਜੀ ਦੇ ਪਿਤਾ ਜੀ ਨੂੰ ਬਹੁਤ ਨਜ਼ਦੀਕ ਤੋਂ ਮਿਲਣ ਦਾ ਸੁਭਾਗਿਆ ਪ੍ਰਾਪਤ ਹੋਇਆ, ਕਿਉਂਕਿ ਸਵੇਰ ਨੂੰ ਜਦੋਂ ਅਸੀਂ ਵੀ ਆਫਿਸ ਜਾਣਾ ਉਦੋਂ ਵੀ ਉਹਨਾਂ ਦੇ ਦਰਸ਼ਨ ਹੋਣੇ, ਔਰ ਜਦੋਂ ਵਾਪਸ ਅਸੀਂ ਆਪਣੇ ਆਫਿਸ ਨੂੰ ਵਧਾ ਕੇ ਵਾਪਸ ਆਉਣਾ ਅਤੇ ਦੁਕਾਨ 'ਤੇ ਉਦੋਂ ਵੀ ਉਹਨਾਂ ਦੇ ਦਰਸ਼ਨ ਹੋਣੇ। ਔਰ ਕਈ ਵਾਰੀ ਮੈਂ ਨਜ਼ਦੀਕ ਵੀ ਬੈਠ ਕੇ ਦੇਖਿਆ, ਹਮੇਸ਼ਾ ਬਹੁਤ ਹੀ ਦੁੱਖ ਦੀ ਘੜੀ ਵਿੱਚ ਇੱਥੇ ਇਕੱਤਰ ਹੋਏ ਹਾਂ। ਕਪੂਰ ਪਰਿਵਾਰ ਦੀ ਪਰਵਾੜੀ ਦਾ ਉਹ ਰੁੱਖ ਜਿਸ ਦੀ ਮਿੱਠੀ ਪਿਆਰੀ ਨਿੱਘੀ ਅਤੇ ਠੰਡੀ ਛਾਂ ਹੇਠ ਇਹ ਕਪੂਰ ਪਰਿਵਾਰ ਆਨੰਦ ਮਾਣ ਰਿਹਾ ਸੀ, ਉਸ ਛਾਂ ਤੋਂ ਉਸ ਆਨੰਦ ਤੋਂ ਕਪੂਰ ਪਰਿਵਾਰ ਵਾਂਝਾ। ਮੇਰੇ ਤੋਂ ਪਹਿਲਾਂ ਵੱਖ ਵੱਖ ਵਕਤਾਂ ਨੇ ਬਾਈ ਜੀ ਮਹਾਰਾਜ, ਮਾਤਰ ਸ਼ਕਤੀ, ਬਜ਼ੁਰਗੋ, ਆਮ ਉਮਰ ਸਾਥੀਓ, ਅੱਜ ਆਪਾਂ ਸਾਰੇ ਹੀ ਕਪੂਰ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਦੁੱਖ ਵਡਾਉਣ ਵਾਸਤੇ ਪ੍ਰਭੂ ਚਰਨਾਂ 'ਚ ਇਕੱਤਰ ਹੋਏ। ਅਸੀਂ ਸਾਰੇ ਬਲੀ ਬੱਤੀ ਜਾਣੂ ਹੈ ਪਰਿਵਾਰ, ਮਿੱਠ ਬੋਲਣਾ ਪਰਿਵਾਰ, ਜਿਸਨੇ ਸਮਾਜ ਦੇ ਵਿੱਚ ਆਪਣਾ ਨਾਮ ਆਪਣਾ ਰੁਤਬਾ ਬਣਾਇਆ। ਕਾਫੀ ਨਜ਼ਦੀਕ ਤੋਂ ਦੇਖਿਆ, ਘਰ ਜਾਣ ਦਾ ਵੀ ਮੌਕਾ ਮਿਲਿਆ, ਹੋਸਪਿਟਲ ਵੀ ਜਾਣ ਦਾ ਮੌਕਾ ਮਿਲਿਆ। ਜਦੋਂ ਜਦੋਂ ਵੀ ਕੋਈ ਤਕਲੀਫ ਆਈ ਹੈ ਸਾਰਾ ਪਰਿਵਾਰ ਇੱਕ ਕਦਮ ਇੱਕ ਪੈਰ 'ਤੇ ਖੜ ਕੇ ਪਿਤਾ ਜੀ ਬਾਬੇ ਦੀ ਸੇਵਾ ਕੀਤੀ ਹੈ। ਮੈਂ ਤੋ ਵਿਚਾਰ ਕਰ ਰਿਹਾ ਥਾ ਕਿ ਅਸ਼ੋਕ ਕਪੂਰ ਜੀ ਨੇ ਨੀਰਜ ਜੀ ਕੋ ਵਿਕਾਸ ਜੀ ਕੋ ਤੋ ਸੰਸਕਾਰ ਦੀਏ ਹੀ ਦੀਏ, ਸਾਥ ਸਾਥ ਛੋਟੇ ਛੋਟੇ ਬੱਚੇ ਪੋਤੇ ਪੋਤੀਆਂ। ਮੈਨੇ ਆਪਣੀ ਲਾਈਫ ਮੇਂ ਪਹਿਲੀ ਵਾਰ, ਹਮ ਲੋਕ ਗਰੁੜ ਪ੍ਰਾਣ ਕੀ ਕਥਾ ਕਰਨੇ ਜਾਤੇ ਹੈ, ਅਕਸਰ ਦੇਖਦੇ ਹੈ ਬੱਚੇ ਮੋਬਾਈਲੋਂ ਮੇਂ ਲਗੇ ਹੋਤੇ ਹੈ, ਜਾਂ ਮਾਂ ਬਾਪ ਆਪ ਹੀ ਕਹਿ ਦਿੰਦੇ ਕਿ ਅੰਦਰ ਜਾਓ ਟੀ ਵੀ 'ਚ ਕਾਰਟੂਨ ਦੇਖ ਲਓ। ਲੇਕਿਨ ਇਹ ਪਰਿਵਾਰ ਮੈਨੇ ਪਹਿਲੀ ਵਾਰ ਦੇਖਾ ਕਿ ਬੇਟੇ ਬੇਟੀਆਂ ਛੋਟੇ ਛੋਟੇ ਬੱਚੋਂ ਨੇ ਵੀ ਕਥਾ ਬੜੀ ਵਿਧੀ ਕੇ ਦੁਆਰਾ ਸੁਣ ਲਓ। ਇਹ ਸੰਸਕਾਰ ਹੈ ਆਪਣੇ ਮਾਂ ਬਾਪ ਕੇ, ਆਪਣੇ ਬਜ਼ੁਰਗੋਂ ਕੇ। ਜ਼ਿਆਦਾ ਨਾ ਕਹਿਤਾ ਹੁਆ, ਯਸ਼ਪਾਲ ਜੀ ਚੌਧਰੀ ਉਹ ਵੀ ਪਰਿਵਾਰ ਕੇ ਸਾਥ ਦੁੱਖ ਸਾਂਝਾ ਕਰਨੇ ਆਏ ਹੈ, ਲਵ ਦ੍ਰਵਿੜ, ਕੁਸ਼ ਦ੍ਰਵਿੜ, ਰਜਿੰਦਰ ਹੰਸ ਜੀ, ਔਰ ਵੀ ਬਹੁਤ ਸੇ ਸੱਜਣ ਯਹਾਂ ਪਰ ਬੈਠੇ ਹੈ। ਟਾਈਮ ਹੈ ਨਹੀਂ ਕਿ ਬਾਰੀ ਬਾਰੀ ਸਭੀ ਕੇ ਨਾਮ ਬੋਲੇ ਜਾਏ, ਸਮੇਂ ਪਹਿਲੇ ਹੀ ਬਹੁਤ ਜ਼ਿਆਦਾ ਹੋ ਚੁੱਕਾ ਹੈ। ਆਰਤੀ ਕੇ ਸਮੇਂ ਜਹਾਂ ਇਤਨਾ ਟਾਈਮ ਹੋ ਗਿਆ, ਇਹ ਸਾਡੇ ਲੋਕਾਂ 'ਚ ਬੜੀ ਖਲਤਾ ਮੀ
सेवक प्रभु स्वामी कृपा करो भरतारियो जय जगदीश प्राणपति स्वामी सबके प्राणपति इस विदमिलो दयालो इस विदमिलो कृपालो तुमको मैं कुमति अभियो जय जगदीश ਸਦਾ ਵਸੰਤਨ ਨਹਾਰੇ ਵਿੰਦੇ ਸਾਧੂ ਜਿਖਲੇਰੋ ਓਮ ਸ਼ਾਂਤਾਕਾਰੰ ਬੁਧਵੈਸ਼ਨੰ ਪਾਦਵਨਾਧਿਯੰ ਸੁਰੇਸ਼ੰ ਵਿਸ਼ਵਾਧਾਰੰ ਗਗਨਚੈਂਚਲ ਮੇਘਵਾਰਣਾਂ ਸੁਭਾਂਗੰ ਲਕ್਷੍ਮੀਕਾਂਤੇ ਕਮਲਨੈਨੰ ਯੋਗੀ ਵਿਰਵੰਦੇ ਵਿਸ਼ਨੋ ਭਾਵਹਰਣੰ ਸਰਵਲੋਕੇ ਵਿਨਾਥੰ ਦੁਰਗ ਭਗਵਾਨ ਧਰਮ ਕਾਮਾਰਥ ਧਰਮ ਕਾਮਾਰਥ ਸੁਧਾਇ ਓਮ ਆਦਿਤਿਆ ਵਸੁਰੁਦ੍ਰਾ ਵਿਸ਼ਵਦੇਵਾ ਵਿਸ਼ਨਾ ਧਰਮ ਕਾਮਾਰਥ ਸਿਧਾਇ ਪੂਰਵਸ ਹਰਿ ਓਮ ਮਹ ਓਮ ਪੂਰਵਸ ਹਰਿ ਓਮ ਮਹ ਹਰਿ ਓਮ ਪੂਰਵਸ ਹਰਿ ਓਮ ਮਹ ਹਰਿ ਓਮ ਤਸਦ ਵਿਸ਼ਨੋ 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 ਅਧੋ ਨਮਃ ਸ੍ਰੀ ਪ੍ਰਾਣ ਸੋਤਮਾਯ ਅਧੀ ਸ੍ਰੀ ਬ੍ਰਾਹਮੀ ਤੇ ਪ੍ਰਾਣੀ ਸ੍ਰੀ ਵਿਕਾਰਾ ਹੈ ਕਲਪੇ ਵੈ ਵਾਸਨਾ ਮੰਤਰੀ ਪੂਰਨ ਖੇਤਰੀ ਪੰਜਾਬ ਖੇਤਰੀ ਲਗਨਾਰਾਮ ਖੇਤਰੀ ਮਾਸ਼ਾ ਨਾਮ ਪਾਸ਼ੋ ਕਮੀ ਮਾਸੇ ਪਾਵਨ ਪਕਸ਼ ਮਾਸੇ ਪਾਸੇ ਹੈ ਪਕਸ਼ ਪਕਸ਼ੇ ਵਾਸੇ ਗੁਰੂ ਬ੍ਰਹਸਪਤੀ ਵਾਰ ਵਾਸਤੇ ਅਮੁਕ ਗੋਤਰਾਏ ਆਪਣਾ ਗੁੱਤ ਲੈ ਲਓ ਵ੍ਰਿਥਾ ਸਵਾਸ
ਕਿਸਮਤ ਖੋਏ ਨਾ ਜਾਣੇ ਇਸ ਸਵਾਸ ਕਾ ਫਿਰ ਆਵਨ ਹੋਏ ਨਾ ਹੋਏ ਮਾਟੀ ਕਹੇ ਕੁਮਾਰ ਸੇ ਅਜੀ ਤੋਂ ਕਿਆ ਰੋਂਦੇ ਮੋਏ ਇੱਕ ਦਿਨ ਐਸਾ ਆਵੇਗਾ ਮੈਂ ਰੋਂਦੂਗੀ ਤੋਏ ਇੱਕ ਦਿਨ ਐਸਾ ਜਗ ਟੀਲੇ ਚੜ ਕੇ ਵੇਖਿਆ ਤੇ ਘਰ ਘਰ ਅਯੋ ਅਗ ਕੋਠੇ ਚੜ ਕੇ ਵੇਖਿਆ ਘਰ ਘਰ ਅਯੋ ਅਗ ਉਸ ਪਿਤਾ ਤੋਂ ਸ਼੍ਰੀ ਅਸ਼ੋਕ ਕਪੂਰ ਜੀ ਕੱਲ ਤੱਕ ਆਪਣੇ ਪਰਿਵਾਰ ਆਪਣੇ ਬੱਚੋਂ ਕੇ ਬੀਚ ਆਪਣੀ ਪਤਨੀ ਕੇ ਸਾਥ ਸਮਾਜ ਮੇ ਜੀਵਨ ਬਤੀਤ ਕਰਕੇ ਹੋਏ ਅਚਾਨਕ ਮੌਤ ਰੂਪੀ ਆਂਧੀ ਆਈ ਕੋਈ ਬਹੁਤ ਜ਼ਿਆਦਾ ਲੰਬੀ ਬਿਮਾਰੀ ਵੀ ਨਹੀਂ ਥੀ ਕੋਈ ਬਹੁਤ ਜ਼ਿਆਦਾ ਕਸ਼ਟ ਵੀ ਨਹੀਂ ਥਾ ਔਰ ਪਰਿਵਾਰਿਕ ਦ੍ਰਿਸ਼ਟੀ ਸੇ ਦੇਖਾ ਜਾਏ ਤੋ ਅਭੀ ਸਮੇਂ ਵੀ ਨਹੀਂ ਥਾ ਵੈਸੇ ਤੋ ਮ੍ਰਿਤੂ ਬਚਪਨ ਮੇਂ ਵੀ ਹੋ ਸਕਤੀ ਹੈ ਮੌਤ ਮਾਂ ਕੇ ਗਰਭ ਕੇ ਅੰਦਰ ਵੀ ਹੋ ਸਕਤੀ ਹੈ ਮੌਤ ਪਵੰਡ ਅਵਸਥਾ ਮੇਂ ਵੀ ਮੌਤ ਭਰੀ ਜਵਾਨੀ ਮੇਂ ਵੀ ਔਰ ਮੌਤ ਇਸ ਅਵਸਥਾ ਮੇਂ ਵੀ ਹੋ ਸਕੀ ਕਭੀ ਘਬਰਾਏ ਨਹੀਂ ਬੜੇ ਜ਼ਿੰਦਾ ਦਿਲ ਥੇ ਹੋ ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ ਮੁਰਦਾ ਦਿਲ ਕੇ ਅਖਾਤ ਜੀਆ ਕਰਤੇ ਬੜੇ ਲਾਡ ਸੇ ਬੜੇ ਪਿਆਰ ਸੇ ਆਪਣੇ ਪਰਿਵਾਰ ਆਪਣੇ ਬੱਚੋਂ ਕਾ ਭਰਨ ਪੋਸ਼ਣ ਕੀਆ ਅੱਛਾ ਜੀਵਨ ਜੀ ਰਹੇ ਥੇ ਲੇਕਿਨ ਮੌਤ ਕਾ ਬੁਲਾਵਾ ਮੌਤ ਕਾ ਸੰਦੇਸ਼ ਆਇਆ ਤੋ ਮੌਤ ਮਾਤਰ ਕੇਵਲ ਇੱਕ ਬਹਾਨਾ ਹੀ ਬਣ ਗਈ ਆਜ ਉਸ
पवित्र आत्मा पुण्य आत्मा श्री अशोक कपूर जी की आत्मिक शांति के लिए हम सब यहां पर एकत्रित हो रहे हैं। अंतिम विदाई के रूप में श्रद्धांजलि, तिलांजलि, पुष्पांजलि और परिवार के लिए सहानुभूति लेकर नारायण के चरणों में प्रार्थना करने के लिए, क्योंकि इस बात का ज्ञान आप लोगों को है, सभी गुरुमुखी है, सारा परिवार ही गुरु घर को, परमात्मा को, ईश्वर को मानने वाला परिवार आए हैं। सब जाएंगे, राजा रंग फकीर और एक सिंहासन चढ़ चले और एक बांधे जात जंजीर। अब विचार इस प्रार्थना सभा में, क्योंकि शोक नहीं, कई लोग इसको शोक सभा कहते हैं, ना भी ना, शास्त्र कहते हैं शोक तो हो उस इंसान के लिए मनाया जाता है जो इंसान पाप कर्म करके जाता है। शोक उस इंसान के लिए मनाया जाता है जो अपने पीछे कपुत्र छोड़कर जाता है। ये तो प्रार्थना सभा है, चेतावनी सभा है, इसको संत कहते हैं चेतावनी। इंसान को चेतावनी दी जाती है कि मौत ही सत्य है, इस मृत्यु से कोई भी नहीं बचने वाला, लेकिन जाने जाने में अंत है, जाने जाने में भाव है। कुछ पाप आत्माएं जिनका जीवन केवल खाना पीना रहना सजना सवरना इसी को अपना जीवन मान लिया, लेकिन कुछ पुण्य आत्माएं पवित्र आत्माएं परमात्मा के चरणों में ईश्वर के चरणों में मंगल कामना करने के लिए कि पुण्य आत्मा पवित्र आत्मा को प्रभु अपने चरणों का स्थान दे और पीछे उनका सारा परिवार, धर्मपत्नी श्रीमती आशा रानी जी कपूर, पुत्र नीरज कपूर जी, विकास कपूर जी, पुत्र वधुए मौना अनु और सारा परिवार, परमात्मा इस परिवार को इस दुख को सहन करने की शक्ति प्रदान करे और शक्ति रघुपति राघव राजा सागर में डूबा हुआ है। धर्म पत्नी श्रीमती आशा रानी जी कपूर, जिनकी आंखें आज आंसुओं से नम है क्योंकि जीवन साथी चला गया, पुत्र वधुएं हैं शोक के सागर में डूबी हुई, पुत्र शोक के सागर में डूबे हुए, लेकिन गरुड़ प्राण के अनुसार आपने घर में भी कथा श्रवण की है, आप लोग जितना विलाप करेंगे उस आत्मा को उतनी पीड़ा होगी और जितना प्रभु सिमरण होगा उस आत्मा को उतना सुख मिलेगा। इसलिए सारा परिवार, पोते पोतरियां, सारा सुंदर परिवार सभी मिलकर प्रभु सिमरण करें। रघुपति राघव राजा राम
पवित पावन सीताराम रघुपति राघव राधा राम पवित रघुपति राघव Thank you.
वाला उमरिया को मांगे, मरने वाला उमरिया को मांगे, मिले मांगे ना पर एक घड़ी आखिरी जिंदगी की घड़ी। अपने हाथों से अपने
पूजा कर लिए अपने हाथों से अपने कही जलती अग्नि पे जादर दिए मौत सबके गले है पड़ी आखिरी जिंदगी की घड़ी होती है भयानक पड़ी आखिरी जिंदगी की घड़ी मरने वाला उमरिया को मांगे मरने वाला उमरिया को मांगे मिले मांगे ना पर एक घड़ी आखिरी जिंदगी की घड़ी होती है भयानक पड़ी आखिरी जिंदगी की घड़ी श्रीमती आशा रानी कहने वाले कहते हैं कि सज्जन जिन्ना दे तुर जांदे ने जीवन साथी का चले जाना और इस अवस्था के अंदर आकर हम की पुत्र पुत्र वधुएं सभी बहुत आज्ञाकारी होन आ रहे हैं लेकिन फिर भी इस अवस्था के अंदर आकर एक दूसरे की आवश्यकता जरूरत कुछ ज्यादा महसूस होती है। कहने वाले कहते हैं कि सज्जन जिन्ना दे तुर जांदे ने के इज्जत तुर जांदे ने के कदरों वल्लों थोड़ा सब रोगा तो रोग है डाटा के सब रोगा तो रोग है डाटा के जिसका नाम भी छोड़ा आज आ
आशा रानी जी को देखती हुई क्या मन में विचार करती हैं कि ले ओ सजन हवाले रब दे के ले ओ सजन हवाले रब दे नेनो याद करें सा उमरा सारी हूं रोवा उमरा सारी। लेकिन मैं कहता हूं, मैंने पहले भी कहा, मौत सत्य है लेकिन मरता तो मनमुखी है, गुरुमुखी कभी भी मर नहीं सकता। मरता कौन है? पापी, जिसने जीवन में सदा पाप ही पाप कमाए हो। कभी ना कहना अशोक कुमार जी अशोक के अमला वाले लंग लंग जांदे के अमला वाले लंग लंग जांदे ते काफिल कोते खांदे। इतना जन सैलाब मैं देख रहा हूं, 2 बजे से ये कार्यक्रम शुरू हुआ है और लगभग 2:45 होने वाले हैं, लेकिन लाइन टूटी। गुरु जी जिन्होंने समाज में स्वयं नेक कर्म किया, इलेक्ट्रॉनिक्स एमके एंड कंपनी वीके टेक्सटाइल, जिस मेहनत के माध्यम से अपने बच्चों को कारों के बल से, मुझे वो रामायण के श्लोक याद आ गए, आत्मान होके अपने सतगुरुदेव महाराज जी के चरणों में जा सुमन। कहते हैं कि कौन कहता है कि प्रेमी मर गया, कैद से छूटा वो अपने घर गया। जैसे अभी आपने श्रवण किया कि प्रेमी कभी भी नहीं मरते, वो तो पंच भौतिक चोले का त्याग करके अपने सतगुरुदेव महाराज जी के चरणों में जा समाते हैं। तो उन्हीं की भक्ति की बदौलत परिवार के एक एक मेंबर ने कहते कि इतनी उनकी सेवा की कि जो वर्णन से बाहर है। ये भक्ति की बदौलत, क्योंकि सूरज की तरफ मुंह करो तो छाया पीछे पीछे आती है। उन्होंने सतगुरुदेव रूपी सूरज की तरफ अपने जीवन की हर एक पल को, हर एक समय को अपने मुख को अपने इष्ट देव की तरफ रखा। तो भैया उसकी बदौलत कहते कि इतनी कोई तन की, मन की, धन की, किसी प्रकार की सेवा में कमी नहीं बच्चों ने हमें दी, पर एक श्वास है जो तो हम और तो कुछ नहीं कर सकते। कहते यही गुरु महाराज जी के चरण कमलों में प्रार्थना करते हैं कि प्रभु जी उनके कर्म ही ऐसे हैं जो आपके चरणों में पहुंच गए हैं, पत्नों को अपने चरण कमलों की सुख नक्षत्र छाया में शक्ति बख्शना कि अपने पूज्य पिताजी के बताए हुए मार्ग पर चल के सेवा सिमरन भजन बंदगी करते हुए और अपने जीवन को सफल करें। कहने को तो बहुत कुछ है, पर कहते कि समय की पाबंदी के कारण बार बार उनकी आत्मिक शांति के साथ के लिए प्रभु चरणों में प्रार्थना करते बोलो जय कारण।
ਗਰਗ ਕੁਰਾਨ ਜੀ ਦੀ ਹਾਜ਼ਰੀ ਵਿੱਚ ਬੈਠੇ ਪੂਜਿਆ ਪੰਡਿਤ ਜੀ ਮਹਾਰਾਜ, ਇੱਥੇ ਬਜ਼ੁਰਗੋ ਦੋਸਤੋ ਮਾਤਰ ਸ਼ਕਤੀ, ਅੱਜ ਅਸੀਂ ਸਾਰੇ ਬੜੀ ਦੁੱਖ ਦੀ ਘੜੀ ਦੇ ਵਿੱਚ ਉਸ ਦਿਵੰਗਤ ਆਤਮਾ ਵਿਛੜੀ ਰੂਹ ਨੂੰ ਸ਼ਰਧਾ ਸੁਮਨ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਹਾਂ। ਇਹ ਠੀਕ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਮੌਤ ਇੱਕ ਅਟਲ ਸੱਚਾਈ ਹੈ। ਜੋ ਵੀ ਜੀਵ, ਜੋ ਵੀ ਇਸ ਸੰਸਾਰ 'ਤੇ ਆਇਆ ਹੈ, ਉਸਨੇ ਇੱਕ ਦਿਨ ਜਾਣਾ ਹੀ ਹੈ। ਮੰਚ 'ਤੇ ਬਹੁਤ ਹੀ ਵਿਦਵਾਨ ਪੰਡਿਤ ਜੀ, ਵਿਸ਼ਿਸ਼ਟ ਜੀ ਬੈਠੇ ਨੇ ਔਰ ਬਹੁਤ ਵਧੀਆ ਭਜਨ ਇਹਨਾਂ ਨੇ ਬੋਲ ਕੇ, ਬਾਈ ਜੀ ਨੇ ਪ੍ਰਵਚਨ ਕਰਕੇ ਮੌਤ ਬਾਰੇ ਦੱਸਿਆ। ਜਿਹਾ ਤੇਹੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਦੇ ਮਹਾਂਵਾਕਾਂ ਅਨੁਸਾਰ ਸੰਸਾਰ 'ਤੇ ਜੋ ਵੀ ਆਇਆ ਉਸਨੇ ਜਾਣਾ ਹੀ ਹੈ। ਜਿੰਨੀ ਜਿੰਨੀ ਸਵਾਸਾਂ ਦੀ ਪੂੰਜੀ ਦੇ ਕੇ ਪਰਮਾਤਮਾ ਨੇ ਸੰਸਾਰ ਦੇ ਵਿੱਚ ਭੇਜਿਆ, ਸਾਨੂੰ ਕਿਸੇ ਨੂੰ ਨਹੀਂ ਪਤਾ ਕਿਸਦੇ ਕੋਲ ਕਿੰਨੇ ਸਵਾਸ ਨੇ। ਇਹ ਚਲੋ ਚਲੀ ਦਾ ਮੇਲਾ ਹੈ, ਇਹ ਚਲੋ ਚਲੀ ਦਾ ਮੇਲਾ ਹੈ, ਜਾਣਾ ਸਭ ਨੇ ਵਾਰੋ ਵਾਰੀ ਹੈ। ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਬਲਕਿ ਕਿਸ ਦੀ ਤਿਆਰੀ ਹੈ, ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਔਰ ਸੰਸਾਰ ਦੇ ਵਿੱਚ ਆ ਕੇ ਕੀ ਕਰਕੇ ਜਾਣਾ, ਕਿਸ ਤਰ੍ਹਾਂ ਚੱਲਣਾ, ਇਹ ਅਸ਼ੋਕ ਕਪੂਰ ਜੀ ਇੱਕ ਮਿਸਾਲ ਪੈਦਾ ਕਰਕੇ ਗਏ ਨੇ। ਉਹਨਾਂ ਨੇ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ, ਅੱਜ ਉਹਨਾਂ ਸੰਸਕਾਰਾਂ ਦਾ ਸਦਕਾ ਸਮਾਜ ਦੇ ਵਿੱਚ, ਵਪਾਰ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਸਾਰਾ ਪਰਿਵਾਰ ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਸਮਾਜ ਸੇਵੀ ਪਰਿਵਾਰ ਹੈ, ਨਾਮ ਦਾਨ ਲਿਆ ਦਾ ਔਰ ਗੁਰੂ ਘਰ ਦੀ ਸੇਵਾ ਕਰਨ ਵਾਲਾ ਪਰਿਵਾਰ ਹੈ। ਕਿਉਂਕਿ ਮਾਂ ਬਾਪ ਤੋਂ ਹੀ ਜਿਹੜੇ ਸੰਸਕਾਰ ਨੇ, ਜਦੋਂ ਬੱਚਾ ਜਨਮ ਲੈਂਦਾ ਉਸ ਤੋਂ ਲੈ ਕੇ ਆਖਰ ਤੱਕ ਜੋ ਮਾਂ ਬਾਪ ਨੇ ਸੰਸਕਾਰ ਦੇਣੇ ਨੇ, ਉਸੇ ਤਰ੍ਹਾਂ ਔਲਾਦ, ਉਸੇ ਤਰ੍ਹਾਂ ਬੱਚੇ ਚੱਲਦੇ ਨੇ। ਅੱਜ ਵਧੀਆ ਸੰਸਕਾਰਾਂ ਦਾ ਸਦਕਾ ਇਹ ਪਰਿਵਾਰ ਜਿੱਥੇ ਗੁਰੂ ਘਰ ਨੂੰ ਮੰਨਣ ਵਾਲਾ ਹੈ, ਉੱਥੇ ਕਿਸ ਤਰ੍ਹਾਂ ਦਾਨ ਪੁੰਨ, ਲੋਕਾਂ ਦੀ ਸੇਵਾ, ਔਰ ਬੱਚੇ ਨੌਵਾਂ ਪਰਿਵਾਰ ਬੈਠਾ, ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਸੇਵਾ ਦੇ ਵਿੱਚ। ਔਰ ਮੈਂ ਖੁਦ ਦੇਖਦਾ ਰਿਹਾ ਇਹ ਪਰਿਵਾਰ ਨਾਲ, ਮੇਰੇ ਬਹੁਤ ਗੁਰੂ ਭਾਈ ਵੀ ਨੇ, ਇਹਨਾਂ ਨੇ ਇੱਕ ਮਿੰਟ ਲਾਣਾ ਹਸਪਤਾਲ ਦੇ ਵਿੱਚ ਲੈ ਜਾਣਾ। ਔਰ ਜਰਾ ਵੀ ਗੱਲ ਹੋਣੀ, ਆਮ ਲੋਕ ਛੋਟੇ ਡਾਕਟਰਾਂ ਕੋਲ ਲੈ ਜਾਂਦੇ ਨੇ, ਇਹਨਾਂ ਨੇ ਕਦੇ ਪੈਸਿਆਂ ਦੀ ਪਰਵਾਹ ਨਹੀਂ ਕੀਤੀ ਬਾਪ ਦੀ ਸੇਵਾ ਕਰਨ ਦੇ ਵਿੱਚ, ਉਸੇ ਵਕਤ ਹੀ ਚੱਕ ਕੇ ਹਸਪਤਾਲ ਲੈ ਜਾਣਾ। ਔਰ ਕਈ ਵਾਰ 40 ਜਾਂ ਇੱਥੋਂ ਤੱਕ ਮਹੀਨਾ ਡੇਢ, ਕਦੇ ਜਿਸ ਠਾਕੁਰ ਦੇ ਨਹੀਂ ਕੋਈ ਚਾਰਾ ਉਸ ਤੋਂ ਕੀਜੀਏ ਸੱਤ, ਜਦੋਂ ਵਕਤ ਆ ਜਾਏ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕਹਿੰਦੇ ਜੋ ਇੱਛਾ ਆਨੰਦ ਲਾਲ ਕੀ ਬਾਤ ਬਣੇਗੀ ਸੋਈ। ਮੈਂ ਦੇਖ ਰਿਹਾ ਸਾਡੇ ਕੋਲ ਸ਼ਹਿਰ ਦੇ ਵਿੱਚੋਂ ਸਾਰੇ ਪਤਵੰਤੇ ਸੱਜਣ, ਵੱਖ ਵੱਖ ਸੰਸਥਾਵਾਂ ਦੇ ਪ੍ਰਧਾਨ, ਕੌਂਸਲਰ ਔਰ ਆਫੀਸਰ ਸਾਹਿਬਾਨ, ਪ੍ਰੈਸ ਤੋਂ ਸਭ ਵਧੀਆ ਸ਼ਖਸੀਅਤਾਂ ਸ਼ਹਿਰ ਦੀਆਂ ਬੈਠੀਆਂ ਔਰ ਬਾਹਰ ਖੜੀਆਂ, ਕਿਉਂਕਿ ਪੰਡਾਲ ਭਰ ਗਿਆ ਸੀ ਇੱਧਰ।
ਸਮੇਂ ਵੀ ਯਾਦ ਨਹੀਂ ਦਿੰਦਾ ਕਿਉਂਕਿ ਪਰਿਵਾਰ ਵੱਲੋਂ ਹੁਕਮ ਸੀ ਦੋ ਤੋਂ ਤਿੰਨ ਦਾ ਟਾਈਮ ਹੈ, 3 ਵਜੇ ਹੀ ਸਮਾਪਤੀ ਕਰਨੀ ਹੈ। ਰਕੇਸ਼ ਪਾਂਡੇ MLA ਵੱਲੋਂ ਵੀ ਸ਼ੋਕ ਸੰਦੇਸ਼ ਹੈ। ਕੁਲਵੰਤ ਸਿੰਘ ਸਿੱਧੂ ਜੀ ਐਡਵੋਕੇਟ, ਇਹਨਾਂ ਵੱਲੋਂ ਸ਼ੋਕ ਸੰਦੇਸ਼ ਹੈ। ਆਲ ਇੰਡੀਆ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ, ਇਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਹੈ। ਸਾਡੇ ਕੋਲ ਬਹੁਤ ਸਾਰੇ ਅਫੀਸਰ ਸਾਹਿਬਾਨ, SSP ਸਰਦਾਰ ਰਵਚਰਨ ਸਿੰਘ ਬਰਾੜ ਜੀ, ਕੌਂਸਲਰ ਪਵਨ ਖਰਬੰਦਾ ਜੀ, ਗੋਪਾਲ ਗਊਸ਼ਾਲਾ ਤੋਂ ਵੀ ਸ਼ੋਕ ਪ੍ਰਸਤਾਵ ਹੈ ਦਰਸ਼ਨ ਲਾਲ ਲੱਡੂ ਜੀ ਵੱਲੋਂ। ਸ਼ਿਵਰਾਤਰੀ ਮਹੋਤਸਵ ਕਮੇਟੀ ਰਜਿਸਟਰਡ, ਇਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਹੈ। ਲੁਧਿਆਣਾ ਇਲੈਕਟ੍ਰੋਨਿਕ ਟ੍ਰੇਡਰ ਐਸੋਸੀਏਸ਼ਨ ਮਾਤਾ ਰਾਣੀ ਰੋਡ, ਇਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਹੈ। ਲੁਧਿਆਣਾ ਮੋਬਾਈਲ ਡਿਸਟ੍ਰੀਬਿਊਟਰ ਐਸੋਸੀਏਸ਼ਨ, ਇਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਹੈ। ਦਵਿੰਦਰ ਬਤਰਾ ਜੀ ਵੱਲੋਂ ਵੀ ਸ਼ੋਕ ਸੰਦੇਸ਼ ਹੈ। ਸਾਡੇ ਕੋਲ ਸ਼ਰਧਾਂਜਲੀ ਦੇਣ ਲਈ ਬਹੁਤ ਸਾਰੀਆਂ ਸ਼ਹਿਰ ਦੀਆਂ ਸ਼ਖਸੀਅਤਾਂ ਇੱਥੇ ਬੈਠੀਆਂ। ਰਵਿੰਦਰ ਅਰੋੜਾ ਜੀ, ਪ੍ਰਧਾਨ ਭਾਰਤੀ ਜਨਤਾ ਪਾਰਟੀ ਲੁਧਿਆਣਾ, ਪ੍ਰਵੀਨ ਬਾਂਸਲ ਜੀ, ਐਕਸ ਪ੍ਰਧਾਨ BJP, ਸ਼ਮਸ਼ੇਰ ਸਿੰਘ ਗੁੱਡੂ ਜੀ, ਰਿਟਾਇਰਡ DSP ਸਾਹਿਬ, ਐਕਸਾਈਜ਼ ਡਿਪਾਰਟਮੈਂਟ ਦੇ ਬਹੁਤ ਸਾਰੇ ਅਫੀਸਰ ਸਾਹਿਬਾਨ ਬੈਠੇ ਮੈਂ ਦੇਖ ਰਿਹਾ। ਬਿੱਟਾ ਸਰਪੰਚ ਜੀ ਪਿੰਡ ਕੱਕਾ ਤੋਂ ਬੈਠੇ ਨੇ, ਮਨਪ੍ਰੀਤ ਸਿੰਘ ਬੰਟੀ ਜੀ, ਔਰ ਪੰਜਾਬ ਕੇਸਰੀ ਪ੍ਰੈਸ ਤੋਂ ਹਤੇਸ਼ ਗੁਪਤਾ ਜੀ, ਹੋਰ ਵੀ ਕਈ ਸੱਜਣ ਪ੍ਰੈਸ ਤੋਂ ਆਏ ਨੇ, ਮਦਨ ਲਾਲ ਬੱਗਾ ਜੀ, ਐਕਸ ਮੰਤਰੀ ਪੰਜਾਬ, ਸੁਨੀਲ ਮਹਿਰਾ ਜੀ, ਪ੍ਰਧਾਨ ਵਪਾਰ ਮੰਡਲ ਲੁਧਿਆਣਾ, ਡਿੰਪਲ ਰਾਣਾ ਜੀ, ਸਤੀਸ਼ ਮਲਹੋਤਰਾ ਜੀ ADCP ਰਿਟਾਇਰ, ਹਰਬੰਸ ਸਿੰਘ ਜੀ ਪੁਲਿਸ ਇੰਸਪੈਕਟਰ, ਰਜੇਸ਼ ਸ਼ਰਮਾ ਪੁਲਿਸ ਇੰਸਪੈਕਟਰ, ਬੌਬੀ ਜੀ ਐਡਵੋਕੇਟ ਪ੍ਰਧਾਨ ਜਿਹੜੇ ਐਕਸਾਈਜ਼ ਟੈਕਸੇਸ਼ਨ ਡਿਪਾਰਟਮੈਂਟ ਤੋਂ, ਵਿਜੇ ਦਾਨਵ ਜੀ ਪ੍ਰਧਾਨ ਜੀ ਬੈਠੇ ਨੇ, ਮੋਹਨਦੀਪ ਚੌਹਾਨ ਜੀ, ACP ਰਣਜੀਤ ਸਿੰਘ ਜੀ, ਮਹਾਰਾਜਾ ਰਾਜੀ ਜੀ, ਮਮਤਾ ਆਯੂ ਕੌਂਸਲਰ ਜੀ, ਮਿੰਟੂ ਸ਼ਰਮਾ ਕੌਂਸਲਰ ਜੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਮੈਂ ਦੇਖ ਰਿਹਾ, ਕਈਆਂ ਦੇ ਨਾਂ ਨਹੀਂ ਬੋਲ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ। ਇੱਥੇ ਕੌਂਸਲਰ ਸਾਹਿਬਾਨ, ਲੀਡਰ ਸਾਹਿਬਾਨ ਬੈਠੇ ਨੇ। ਸੋ ਮੈਂ ਸਿਰਫ 2 ਮਿੰਟ ਲਈ ਬੇਨਤੀ ਕਰਾਂਗਾ ਬੱਗਾ ਜੀ, ਉਹਨਾਂ ਤੋਂ ਪਹਿਲਾਂ 1 ਮਿੰਟ ਲਈ ਸੁਨੀਲ ਮਹਿਰਾ ਜੀ, ਬੱਗਾ ਜੀ ਜਿਹੜੇ ਮਦਨ ਬੱਗਾ ਜੀ, ਉਹ ਵੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਉਹ ਪਰਿਵਾਰ ਵੱਲੋਂ ਧੰਨਵਾਦ ਦੇਣਗੇ। ਉਹਨਾਂ ਤੋਂ ਪਹਿਲਾਂ ਸਿਰਫ 1 ਮਿੰਟ ਲਈ ਸ਼ਰਧਾਂਜਲੀ ਸਭਾ ਉਪਸਥਿਤ ਭਾਈ ਔਰ ਬਹਿਨੋ, ਇਹ ਗੁਲਚੀ ਤੁਲਸੀ ਕਿਆ ਨਦਾਨੀ ਹੋਈ ਕਿ ਫੂਲ ਵੇ ਤੋਰਾ ਕਿ ਗੁਲਸ਼ਨ ਭਰ ਮੇ ਵੀ ਰਾਨੀ ਹੋਈ। ਅਸ਼ੋਕ ਕਪੂਰ ਜੀ ਸੱਚਮੁੱਚ ਕਪੂਰ ਪਰਿਵਾਰ ਕੇ ਬਹੁਤ ਗੁਲਦਸਤਾ ਥੇ, ਜਿਨ੍ਹੇ ਮੈਂ ਹਰ ਸ਼ਾਮ ਨੀਰਜ ਜੀ ਕੇ ਵਿੱਕੀ ਜੀ ਕੇ ਪਾਸ ਜਾਤਾ ਮਿਲਤਾ ਥਾ, ਹੱਸਤਾ ਖੇਲਤਾ ਮੁਸਕਰਾਤਾ ਚਿਹਰਾ, ਜੋ ਵੀ ਉਨਕੇ ਪਾਸ ਆਤਾ ਥਾ ਐਸਾ ਲਗਤਾ ਤਸੱਲੀ ਹੋ ਗਈ। ਮੈਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸ਼ਿਵਰਾਤਰੀ ਮਹੋਤਸਵ ਕਮੇਟੀ ਕੀ ਔਰ ਸੇ
प्रभु के चरणों में ये प्रार्थना करता हूँ कि जो गुण अशोक जी ने नीरज जी को विक्की जी को परिवार को दिए हैं, हे प्रभु, हे परम पिता परमात्मा, उस महान आत्मा को अपने चरणों में जगह देना और इसको कपूर परिवार को इसी तरह चरणी कला में रखना। मैं फिर एक बार अपनी श्रद्धांजलि देते हुए परम पिता परमात्मा को अरदास करता हूँ कि इस महान आत्मा को अपने चरणों में जगह दें और ये श्रद्धांजलि व्यापार मंडल शिवरात्रि महोत्सव कमेटी की ओर से अशोक कपूर जी। एक मिनट के लिए विजय दानव जी, फिर हमारे प्रिय बग्गा जी परिवार की ओर से। पूजनीय संतगण, परम श्रद्धे पंडित जी, नीरज जी के पिता जी ने बहुत नज़दीक तो मिलन का सौभाग्य प्राप्त होया, क्योंकि सवेर में जो असी भी ऑफिस जाना उदों भी उन्होंने दर्शन होने और जो वापस असी अपने ऑफिस में वधा के वापस आना तो दुकान पर उदों भी उन्होंने दर्शन होने। और कई बार मैं नज़दीक भी बैठ के देखा, हमेशा एक जो सच्ची सोच एक बुजुर्गों की होंगी है, कई बार तो सिर पर हाथ रख के भी किया कि काका जिहड़ा तुसी काम कर देना इहदा सारा शहर तुहानू, पूरा शहर इस गल दे तुहानू सन्मान दिंदा। भाईचारक सांझ, नशियां दे विरुद्ध जिहड़ी तुसी मुहिम चलाई, समाजिक बुराइयां दे खिलाफ जिहड़ी तुसी मुहिम चलाई, मैं एक बारी पुछया, मैं कहा जी तुसी इन्ना नज़दीक तो सानू मतलब वाकई पढ़ते रहने? कहिंदे नहीं नहीं, मैं तो एक एक गल जिहड़ी आ ਉਹ ਤੁਹਾਡੀ ਨੋਟ ਕਰਦਾ, ਕਿਉਂਕਿ ਤੇਰੇ ਤੋਂ ਵੱਧ ਇੱਥੇ ਆ ਕੇ ਜਦੋਂ ਲਕਸ਼ਮਣ ਦਰਾਵੜ ਮੇਰੇ ਕੋਲ ਬੈਠਦਾ ਨਾ, ਤੂੰ ਤੁਹਾਡੀ ਚਰਚਾ ਸੰਗਠਨ ਦੀ ਵੀ ਅਤੇ ਸਮਾਜ ਦੇ ਪ੍ਰਤੀ ਕੀਤੀਆਂ ਗਈਆਂ ਗਤੀਵਿਧੀਆਂ ਦੀ ਵੀ ਚਰਚਾ ਹੁੰਦੀ ਹੈ। ਤੋ ਉਸ ਚੀਜ਼ ਤੋਂ ਬਿਨਾਂ ਮੈਨੂੰ ਲੱਗਦਾ ਸੀ ਕਿ ਵਾਕਈ ਇੱਕ ਸਹੀ ਜੋ ਬਜ਼ੁਰਗ ਦੀ ਡਿਊਟੀ ਬਣਦੀ ਹੈ ਆਪਣੇ ਬੱਚਿਆਂ ਦੇ ਪ੍ਰਤੀ ਵੀ, ਪਰਿਵਾਰ ਦੇ ਪ੍ਰਤੀ ਵੀ, ਸਮਾਜ ਦੇ ਪ੍ਰਤੀ ਔਰ ਧਰਮ ਦੇ ਪ੍ਰਤੀ ਵੀ। ਮੈਂ ਇੱਕ ਦਿਨ ਨੀਰਜ ਦੇ ਘਰ ਗਿਆ ਤਾਂ ਬੜਾ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਹੋਈ। ਅੱਜ ਆਪਾਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਵਿੱਚ ਇੱਥੇ ਇਕੱਤਰ ਹੋਏ ਹਾਂ। ਕਪੂਰ ਪਰਿਵਾਰ ਦੀ ਫੁਲਵਾੜੀ ਦਾ ਉਹ ਰੁੱਖ ਜਿਸ ਦੀ ਮਿੱਠੀ ਪਿਆਰੀ ਨਿੱਘੀ ਅਤੇ ਠੰਡੀ ਛਾਂ ਹੇਠ ਇਹ ਕਪੂਰ ਪਰਿਵਾਰ ਆਨੰਦ ਮਾਣ ਰਿਹਾ ਸੀ, ਉਸ ਛਾਂ ਤੋਂ, ਉਸ ਆਨੰਦ ਤੋਂ ਕਪੂਰ ਪਰਿਵਾਰ ਵਾਂਝਾ। ਮੇਰੇ ਤੋਂ ਪਹਿਲਾਂ ਵੱਖ ਵੱਖ ਵਕਤਾਂ ਨੇ ਪਰਿਵਾਰ ਬਾਰੇ ਔਰ ਮੌਤ ਬਾਰੇ ਦੱਸਿਆ। ਮੈਂ ਦੇਖ ਰਿਹਾ ਸੀ ਵੀ ਇਹਨਾਂ ਲੋਕਾਂ ਦਾ ਇਕੱਠ ਇਹ ਕਪੂਰ ਪਰਿਵਾਰ ਦੀ ਇਹ ਪਾਪੂਲੈਰਿਟੀ ਜਿਹੜੀ ਆ ਉਹਨੂੰ ਬਿਆਨ ਕਰ ਰਿਹਾ। ਮੈਂ ਬਹੁਤ ਪਹਿਲਾਂ ਵੀ ਜਦੋਂ ਦੇਖਿਆ ਸੀ ਨੀਰਜ ਜੀ ਬੈਠੇ ਨੇ, ਵਿਕਾਸ ਜੀ ਬੈਠੇ ਨੇ, ਜਿੰਨੀ ਇਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਸੇਵਾ ਕੀਤੀ ਆ, ਮੈਂ ਤਾਂ ਇਹ ਕਹਾਂਗਾ ਵੀ ਸਾਨੂੰ ਕਿਤੇ ਨਾ ਕਿਤੇ ਸ਼ਿਕਸ਼ਾ ਲੈਣ ਦੀ ਜ਼ਰੂਰਤ ਹੈ। ਜਿੰਨੀ ਸੇਵਾ ਕੀਤੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬਜ਼ੁਰਗ ਜਿਹੜੇ ਨੇ ਸਾਡੇ ਹੱਥਾਂ ਦੇ ਵਿੱਚੋਂ ਹੌਲੀ ਹੌਲੀ ਕਰਦੇ ਜਾ ਰਹੇ ਨੇ,
ਅੱਜ ਆਪਾਂ ਦੇਖਦੇ ਹਾਂ ਵੀ ਕਿਤੇ ਬਿਰਧ ਆਸ਼ਰਮ ਨੇ ਕਿਤੇ ਕਿਸ ਤਰ੍ਹਾਂ ਦੇ ਇਹ ਬਣਾਏ ਹੋਏ ਨੇ, ਬਟ ਮੈਂ ਤਾਂ ਇਹ ਗੱਲ ਕਹਾਂਗਾ ਵੀ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਸ਼ਰਵਣ ਆਪਣੇ ਮਾਤਾ ਪਿਤਾ ਨੂੰ ਵਹਿੰਗੀ ਦੇ ਵਿੱਚ ਲੈ ਕੇ ਵੱਖ ਵੱਖ ਤੀਰਥਾਂ 'ਤੇ ਸੈਰ ਕਰਾਉਂਦੇ, ਉਦੋਂ ਹੀ ਇਹ ਕੀਤਾ ਜਾਂਦਾ। ਜਾਰਜ ਹਰਬਰਟ ਇੱਕ ਰਾਈਟਰ ਹੋਇਆ, ਉਹਨੇ ਦੱਸਿਆ ਸੀ ਦ ਟੀਚਿੰਗ ਬਿਆਸ ਗਦੀ ਦੇ ਬਿਰਾਜਮਾਨ ਪੂਜਨੀਏ ਪੰਡਿਤ ਜੀ ਮਹਾਰਾਜ ਸਟੇਜ ਦੇ ਬਿਰਾਜਮਾਨ ਸਾਡੇ ਨੰਬਰ ਕੁਟੀਆ ਤੋਂ ਬਾਈ ਜੀ ਮਹਾਰਾਜ, ਮਾਤਰ ਸ਼ਕਤੀ ਬਜ਼ੁਰਗੋ ਹਮ ਉਮਰ ਸਾਥੀਓ, ਅੱਜ ਆਪਾਂ ਸਾਰੇ ਹੀ ਕਪੂਰ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਦੁੱਖ ਵਡਾਉਣ ਵਾਸਤੇ ਪ੍ਰਭੂ ਚਰਨਾਂ 'ਚ ਇਕੱਤਰ ਹੋਏ। ਅਸੀਂ ਸਾਰੇ ਬਲੀਪਤੀ ਜਾਣੂਆ ਪਰਿਵਾਰ, ਮਿੱਠ ਬੁੱਲਾ ਪਰਿਵਾਰ ਜਿਸਨੇ ਸਮਾਜ ਦੇ ਵਿੱਚ ਆਪਣਾ ਨਾਮ ਆਪਣਾ ਰੁਤਬਾ ਬਣਾਇਆ, ਕਿਉਂਕਿ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਾਰੇ ਹੀ ਬੁਲਾਰਿਆਂ ਨੇ, ਔਰ ਖਾਸ ਤੌਰ 'ਤੇ ਪੂਜਨੀ ਅਮਿਸ਼ ਸਾਹਿਬ ਨੇ, ਬਾਈ ਜੀ ਨੇ ਵੀ ਇਸ ਪਰਿਵਾਰ ਬਾਰੇ ਦੱਸਿਆ। ਜਿੱਥੇ ਵੀ ਧਾਰਮਿਕ ਤੌਰ 'ਤੇ ਚਰਚਾ ਹੁੰਦੀ ਹੈ ਉਸ ਸਟੇਜ 'ਤੇ ਵੀ ਇਸ ਪਰਿਵਾਰ ਦਾ ਨਾਮ ਆਉਂਦਾ, ਔਰ ਖਾਸ ਤੌਰ 'ਤੇ ਬੱਚਿਆਂ ਨੇ, ਚਾਹੇ ਉਹ ਨੀਰਜ ਹੋਵੇ ਚਾਹੇ ਵਿੱਕੀ ਹੋਵੇ, ਦੋਨਾਂ ਨੇ ਔਰ ਖਾਸ ਤੌਰ 'ਤੇ ਪਰਿਵਾਰ ਨੇ, ਉਹਨਾਂ ਦੀਆਂ ਬੀਬੀਆਂ ਨੇ, ਕਿਉਂਕਿ ਸਾਡੀਆਂ ਭੈਣਾਂ ਨੇ, ਉਹਨਾਂ ਨੇ ਵੀ ਪਿਤਾ ਜੀ ਦੀ ਬਹੁਤ ਅੰਤਰ ਸੇਵਾ ਕੀਤੀ ਹੈ। ਕਾਫੀ ਨਜ਼ਦੀਕ ਤੋਂ ਦੇਖਿਆ, ਘਰ ਜਾਣ ਦਾ ਵੀ ਮੌਕਾ ਮਿਲਿਆ, ਹੋਸਪਿਟਲ ਵੀ ਜਾਣ ਦਾ ਮੌਕਾ ਮਿਲਿਆ। ਜਦੋਂ ਜਦੋਂ ਵੀ ਕੋਈ ਤਕਲੀਫ ਆਈ ਹੈ ਸਾਰਾ ਪਰਿਵਾਰ ਇੱਕ ਕਦਮ ਇੱਕ ਪੈਰ 'ਤੇ ਖੜ੍ਹ ਕੇ ਪਿਤਾ ਜੀ ਭਾਬੀ ਦੀ ਸੇਵਾ ਕੀਤੀ ਹੈ। ਤਕਰੀਬਨ ਕਾਫੀ ਲੰਬੇ ਅਰਸੇ ਤੋਂ ਦਰਸਾਏ ਗਏ। ਮੈਂ ਤੋ ਵਿਚਾਰ ਕਰ ਰਹਾ ਥਾ ਕਿ ਅਸ਼ੋਕ ਕਪੂਰ ਜੀ ਨੇ ਨੀਰਜ ਜੀ ਕੋ ਵਿਕਾਸ ਜੀ ਕੋ ਤੋ ਸੰਸਕਾਰ ਦੀਏ ਹੀ ਦੀਏ, ਸਾਥ ਸਾਥ ਛੋਟੇ ਛੋਟੇ ਬੱਚੇ ਪੋਤੇ ਪੋਤੀਆਂ। ਮੈਨੇ ਆਪਣੀ ਲਾਈਫ ਮੇ ਪਹਿਲੀ ਬਾਰ, ਹਮ ਲੋਕ ਗਰੁੜ ਪ੍ਰਾਣ ਕੀ ਕਥਾ ਕਰਨੇ ਜਾਤੇ ਹੈ, ਅਕਸਰ ਦੇਖਤੇ ਹੈ ਬੱਚੇ ਮੋਬਾਈਲੋਂ ਮੇ ਲਗੇ ਹੋਤੇ ਹੈ, ਜਾਂ ਮਾਂ ਬਾਪ ਆਪ ਹੀ ਕਹਿ ਦਿੰਦੇ ਕਿ ਅੰਦਰ ਜਾਓ ਟੀ ਵੀ 'ਚ ਕਾਰਟੂਨ ਦੇਖ ਲਓ। ਲੇਕਿਨ ਇਹ ਪਰਿਵਾਰ ਮੈਨੇ ਪਹਿਲੀ ਵਾਰ ਦੇਖਾ ਕਿ ਬੇਟੇ ਬੇਟੀਆਂ ਛੋਟੇ ਛੋਟੇ ਬੱਚੋਂ ਨੇ ਵੀ ਕਥਾ ਬੜੀ ਵਿਧੀ ਕੇ ਦੁਆਰਾ ਸੁਣ ਲਓ। ਇਹ ਸੰਸਕਾਰ ਹੈ ਆਪਣੇ ਮਾਂ ਬਾਪ ਕੇ, ਆਪਣੇ ਬਜ਼ੁਰਗੋਂ ਕੇ। ਜ਼ਿਆਦਾ ਨਾ ਕਹਿਤਾ ਹੁਆ, ਯਸ਼ਪਾਲ ਜੀ ਚੌਧਰੀ ਵੋ ਵੀ ਪਰਿਵਾਰ ਕੇ ਸਾਥ ਦੁੱਖ ਸਾਂਝਾ ਕਰਨੇ ਆਏ ਹੈ, ਲਵ ਦ੍ਰਵਿੜ, ਕੁਸ਼ ਦ੍ਰਵਿੜ, ਰਜਿੰਦਰ ਹੰਸ ਜੀ, ਔਰ ਵੀ ਬਹੁਤ ਸੇ ਸੱਜਣ ਯਹਾਂ ਪਰ ਬੈਠੇ ਹੈ। ਟਾਈਮ ਹੈ ਨਹੀਂ ਕਿ ਬਾਰੀ ਬਾਰੀ ਸਭੀ ਕੇ ਨਾਮ ਬੋਲੇ ਜਾਏ, ਸਮੇਂ ਪਹਿਲੇ ਹੀ ਬਹੁਤ ਜ਼ਿਆਦਾ ਹੋ ਚੁੱਕਾ ਹੈ। ਆਰਤੀ ਕੇ ਸਮੇਂ ਜਹਾਂ ਇਤਨਾ ਟਾਈਮ ਹੋ ਗਿਆ, ਸਾਡੇ ਲੋਕਾਂ 'ਚ ਬੜੀ ਕਮੀ ਹੈ। ਸ਼ਰਣ ਪੜੋ ਮੈਂ ਕਿਸ ਦੀ, ਸਵਾਮੀ ਸ਼ਰਣ ਪੜੋ।
घरों में देश की ओम जय जगनी तुम पूर्ण परमात्मा पार परम परमेश्वर पार परम परमेश्वर आप सबके स्वामी ओम जय जगदीश हरे तुम करुणा के सागर तुम पालन करता स्वामी तुम रक्षा सेवक प्रभु स्वामी कृपा करो भरतारियो जय जगदीश हरे तुम हो एक अगोचर सबके प्राणपति स्वामी सबके प्राणपति किस विद मिलो कृपालो तुमको मैं कुम की अभियो जय जगदीश हरे दीन बंदो तुम हरता ठाकर तुम मेरे स्वामी रक्षक तुम मेरे अपने हस्त बढ़ाओ अपनी शरण लगाओ द्वार पड़ा मैं तेरी जगदीश पाप हरो देवा स्वामी कष्ट श्रद्धा भक्ति बढ़ाओ श्रद्धा प्रेम बढ़ाओ संत हरि सेवा जगदीश हरे जय जगदीश हरे स्वामी जय दीनानाथ हरे भक्त जनों के संकट दास जनों के अवमान शमे दूर करे धन्यवाद आए हुए सभी सज्जनों की शाम की धन्यवाद सभी का
Thank you.